ਬਟਾਲਾ ਵਿੱਚ ਦੇਰ ਰਾਤ ਇੱਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨ ਹੋਏ ਗੰਭੀਰ ਰੂਪ ਵਿੱਚ ਜ਼ਖਮੀ। ਉੱਥੇ ਜ਼ਖਮੀ ਨੌਜਵਾਨਾਂ ਤੇ ਮੌਕੇ ਤੇ ਚਸ਼ਮਦੀਦਾਂ ਨੇ ਦੱਸਿਆ ਕਿ ਉਕਤ ਮੋਟਰਸਾਈਕਲ ਨੂੰ ਤੇਜ਼ ਰਫ਼ਤਾਰ ਆ ਰਹੀ ਪੁਲਿਸ ਦੀ ਗੱਡੀ ਨੇ ਟੱਕਰ ਮਾਰੀ ਹੈ। ਉਹਨਾਂ ਦੱਸਿਆ ਗੱਡੀ ਤੇਜ਼ ਰਫ਼ਤਾਰ ਸੀ ਅਤੇ ਟੱਕਰ ਮਾਰਨ ਤੋਂ ਬਾਅਦ ਵੀ ਗੱਡੀ ਵਿੱਚ ਮੌਜੂਦ ਪੁਲਿਸ ਅਧਿਕਾਰੀ ਅਤੇ ਪੁਲਿਸ ਮੁਲਾਜ਼ਮਾਂ ਨੇ ਜ਼ਖਮੀ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਣਾ ਠੀਕ ਨਹੀਂ ਸਮਝਿਆ, ਉਲਟ ਐਂਬੂਲੈਂਸ ਦੀ ਵੇਟ ਕਰਦੇ ਰਹੇ ਅਤੇ ਉੱਥੇ ਦੋਵਾਂ ਨੌਜਵਾਨਾਂ ਨੂੰ ਸਥਾਨਕ ਲੋਕਾਂ ਨੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਚਸ਼ਮਦੀਦਾਂ ਦੇ ਜ਼ਖਮੀ ਨੌਜਵਾਨਾਂ ਨੇ ਉਕਤ ਪੁਲਿਸ ਮੁਲਾਜ਼ਮਾਂ ਤੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਉੱਥੇ ਦੇਰ ਰਾਤ ਤੱਕ ਪੁਲਿਸ ਦੇ ਅਧਿਕਾਰੀਆਂ ਵੱਲੋਂ ਇਸ ਮਾਮਲੇ 'ਤੇ ਕੋਈ ਵੀ ਪ੍ਰਤੀਕਰਮ ਨਹੀਂ ਦਿੱਤਾ ਗਿਆ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਹਾਂਜੀ, ਤੁਸੀਂ ਦੱਸੋ ਨਾ ਘਟਨਾ ਇਹ ਹੋਈ ਹੈ ਵੀਰ ਜੀ, ਇਹ ਚਲੋ ਅਸੀਂ ਜੇ ਮੰਨ ਵੀ ਲਈਏ, ਸਪੋਜ਼ ਇਹਨਾਂ ਦੀ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਮੰਨ ਲਈਏ ਵੀ ਇਹ ਰੋਂਗ ਸਾਈਡ ਆਉਂਦੇ ਯਾਰ, ਰੋਂਗ ਸਾਈਡ ਇਹ ਆਉਣ ਦਾ ਮਤਲਬ ਇਹ ਨਹੀਂ ਆ ਵੀ ਜੇ ਅੱਗੋਂ ਕੋਈ ਬੰਦਾ ਹੁੰਦਾ ਵਾ ਵੀ ਆਪਾਂ ਉਹਨੂੰ ਹਿੱਟ ਕਰਕੇ ਮਾਰ ਹੀ ਦਈਏ। ਇਹ ਬੰਦੇ ਇੰਡੀਕੇਟਰ ਦੇ ਕੇ ਮੁੜੇ ਆ, ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਪੁਲਿਸ ਦੀ ਗੱਡੀ ਉੱਧਰੋਂ ਆਈ ਆ, ਉਹਨੇ ਇਹਨਾਂ ਨੂੰ ਉਡਾ ਦਿੱਤਾ, ਚੱਕ ਦਿੱਤਾ, ਠੀਕ ਹੈ ਜੀ। ਮੌਕੇ ਦੇ ਉੱਤੇ ਆਪਾਂ ਇਹਨਾਂ ਨੂੰ ਚੱਕਿਆ ਵੀ, ਇਹਨੂੰ ਦੋਨੇ ਲੈਗ ਇਹਨਾਂ ਦੇ ਵਿਚਾਰਿਆਂ ਦੇ ਫ੍ਰੈਕਚਰ ਹੋਏ ਆ, ਦੂਜਾ ਮੁੰਡਾ ਵੀ ਦੂਜੇ ਸਟ੍ਰੈਚਰ ਦੇ ਵਿਆਹ ਵੀ ਤੁਸੀਂ ਦੇਖ ਸਕਦੇ ਹੋ ਜਾ ਕੇ, ਠੀਕ ਹੈ। ਕਾਨੂੰਨ ਸਿਰਫ ਸਾਡੇ ਲੋਕਾਂ ਲਈ ਬਣੇ ਆ, ਮਤਲਬ ਕਾਨੂੰਨ ਇਹਨਾਂ ਲੋਕਾਂ ਲਈ ਕਿਉਂ ਨਹੀਂ ਬਣੇ? ਅਸੀਂ ਸ਼ਹਿਰ 'ਚ ਚੱਲਦੇ ਹਾਂ, ਸਾਡਾ ਚਲਾਨ ਕਿਉਂ ਹੁੰਦਾ? ਜਾਂ ਤਾਂ ਇਹਨਾਂ ਪੁਲਿਸ ਵਾਲਿਆਂ ਦਾ ਵੀ ਚਲਾਨ ਹੋਣਾ ਚਾਹੀਦਾ। ਅਸੀਂ ਸ਼ਹਿਰ ਦੇ ਵਿੱਚ ਹਾਂ, ਸ਼ਹਿਰ ਦੇ ਵਿੱਚ ਸਰ ਮੈਂ ਪੜ੍ਹਿਆ ਜ਼ਿਆਦਾ ਨਹੀਂ ਹੈਗਾ, ਮੈਂ ਪਲੱਸ ਟੂ ਪੜ੍ਹਿਆ ਵਾਂ, ਬਟ ਮੈਨੂੰ ਇੰਨੀ ਕੁ ਨੌਲੇਜ ਹੈਗੀ ਆ ਵੀ ਜੇ ਆਪਾਂ ਸਿਟੀ ਦੇ ਵਿੱਚ ਚੱਲਦੇ ਹਾਂ ਨਾ, ਸਾਡੀ ਜਿਹੜੀ ਸਪੀਡ ਆ ਨਾ 30-35 ਦੀ ਲਿਮਿਟ ਹੁੰਦੀ ਆ, ਅਤੇ ਯਾਰ ਅਸੀਂ 70-80 ਦੇ ਕਿੱਦਾਂ ਜਾਣ ਡੇ ਹਾਂ? ਇੱਕ ਚਾਹੇ ਉਹ ਅਫਸਰ ਜਿੱਡਾ ਮਰਜ਼ੀ ਵੱਡਾ ਹੋਵੇ, ਭਗਵੰਤ ਮਾਨ ਸਾਹਿਬ ਕਹਿੰਦੇ ਆ ਵੀ ਸਾਨੂੰ ਵਟਸਐਪ ਕਰੋ, ਕਦੋਂ ਕਰੀਏ ਵੀ ਜਦੋਂ ਸਾਡਾ ਕੋਈ ਬੱਚਾ ਮਰ ਜੇ? ਮੈਂ ਇਹਨਾਂ ਨੂੰ ਨਹੀਂ ਜਾਣਦਾ, ਬਟ ਮੈਨੂੰ ਦੇਖ ਕੇ ਦੁੱਖ ਲੱਗਾ ਵੀ ਜੇ ਇਹ ਵੀਰ ਨਾ ਹੋ ਸਕਦਾ, ਕੱਲ੍ਹ ਨੂੰ ਸਾਡੇ ਨਾਲ ਵੀ ਇਹ ਘਟਨਾ ਹੋ ਸਕਦੀ ਹੈ। ਭਾਅ ਜੀ ਇਹ ਤੜਫੜ ਰਹੇ ਸੀ, ਮੈਂ ਚੱਕਿਆ ਇਹਨਾਂ ਨੂੰ ਆਣ ਕੇ, ਉਹ ਇਹਨਾਂ ਨੂੰ ਇਹਨਾਂ 'ਤੇ ਐਲੀਗੇਸ਼ਨ ਲਾਈ ਜਾਂਦੇ, ਇਹਨਾਂ ਡਰਿੰਕ ਕੀਤੀ ਹੈ, ਯਾਰ ਇਹਨਾਂ ਦਾ ਮੈਡੀਕਲ ਕਰਾਓ। ਹਾਂ, ਮੌਕੇ 'ਤੇ ਉਹਨਾਂ ਨੇ ਆਪਣੇ ਜਿਹੜੇ ਪੁਲਿਸ ਵਾਲੇ ਉੱਥੇ ਖੜ੍ਹੇ ਸੀ, ਉਹਨਾਂ ਨੇ ਸਿਰਫ ਉਹਨਾਂ ਦੀ ਆਪਣੀ ਮਤਲਬ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਨ੍ਹਾਂ ਨੇ ਹਿੱਟ ਕੀਤਾ, ਮਤਲਬ ਇਹਨਾਂ ਦੀ ਵਿਚਾਰਿਆਂ ਦੀ ਨਹੀਂ ਸੁਣੀ, ਇਹਨਾਂ ਨੂੰ ਕੋਸ਼ਿਸ਼ ਕੀਤੀ ਵੀ ਚੱਕੋ ਜਲਦੀ ਦੇ ਲੈ ਜਾਓ। ਯਾਰ ਲੈ ਕਿੱਦਾਂ ਜਾਓ ਜਦੋਂ ਉਹ ਬੰਦਾ ਉਹਦੇ ਵਿਚਾਰੇ ਦੀ ਦੋਨੇ ਲੈਗਾਂ ਦੋਨੇ ਫ੍ਰੈਕਚਰ ਆ ਲੈਗ, ਗਲਤੀ ਪੁਲਿਸ ਵਾਲਿਆਂ ਦੀ ਮਹਾਰਾਜ? ਸ਼ਹਿਰ ਦੇ ਵਿੱਚ ਆਉਣ ਡੇ ਹੋ ਤੁਸੀਂ, ਲਿਮਿਟ ਵੀ ਹੋਣੀ ਚਾਹੀਦੀ ਆ, ਚਾਹੇ ਮੈਂ ਕੋਈ ਅਫਸਰ ਆ, ਕੋਈ MLA ਆ ਜਾਂ ਕੋਈ ਮੁੱਖ ਮੰਤਰੀ ਆ, ਬਟ ਕੋਈ ਲਿਮਿਟ ਵੀ ਤਾਂ ਹੋਣੀ ਚਾਹੀਦੀ ਹੈ ਨਾ ਸ਼ਹਿਰ ਦੇ ਵਿੱਚ ਆਉਣ ਦੀ। ਕੀ ਨਾਮ ਆਪਾਂ ਕਿੱਥੋਂ ਰਹਿਣਾ? ਵੀਰ ਜੀ ਹਰਜੋਤ ਸਿੰਘ ਨਾਮ ਹੈ ਮੇਰਾ, ਉਮਰਪੁਰੇ ਦੇ ਕੋਲ ਏਸਰ ਪੰਪ ਦੀ ਬੈਕ ਸਾਈਡ ਰਹਿਣ ਵਾਲੇ ਹਾਂ। ਵੀਰ ਜੀ ਆਪਾਂ ਬੱਸ ਸਟੈਂਡ ਵੱਲੋਂ ਕੁਛ ਸਮਾਨ ਲਿਆ ਕੇ ਘਰ ਦਾ ਜਾ ਰਹੀ ਸੀ, ਅਤੇ ਆਦਰ ਬਾਬਾ ਕਾਲਜ ਵੱਲ ਨੂੰ ਟਰਨ ਕਰਨਾ ਸੀ ਉੱਥੋਂ ਹਸਰੀ ਦੇ ਪੁਲ ਤੋਂ, ਅਤੇ ਆਪਾਂ ਇੰਡੀਕੇਟਰ ਵੀ ਲਾਇਆ ਬਾਈਕ ਦਾ, ਅਤੇ ਉੱਥੋਂ ਜਦੋਂ ਆਪਾਂ ਰਾਈਟ ਟਰਨ ਕਰਨ ਲੱਗੇ ਹਾਂ, ਇਹਨਾਂ ਦੀ ਗੱਡੀ ਉਦੋਂ ਕੰਮ ਸੋ ਕੰਮ ਹੈਗੀ ਸੀਗੀ ਜਿੱਥੇ ਮਤਲਬ ਸਾਡੇ ਤੋਂ ਕੁਛ ਕਾਫੀ ਦੂਰ ਸੀ, ਬਟ ਇਹਨਾਂ ਦੀ ਗੱਡੀ ਦੀ ਸਪੀਡ ਮਿਨੀਮਮ 75-80 ਦੀ ਕਿਲੋਮੀਟਰ ਪਰ ਆਵਰ ਦੀ ਸਪੀਡ 'ਤੇ ਹੈਗੇ ਸੀ ਪੁਲਿਸ ਵਾਲਿਆਂ ਦੀ। ਅਤੇ ਆਪਾਂ ਜਦੋਂ ਟਰਨ ਕੀਤਾ ਵਾ, ਇਹਨਾਂ ਨੇ ਕੋਈ ਬ੍ਰੇਕ ਨਹੀਂ ਮਾਰੀ, ਕੋਈ ਹੌਰਨ ਨਹੀਂ ਦਿੱਤਾ ਕਿ ਜੇ ਤੁਸੀਂ ਅੱਗੇ ਵੀ ਉਹਦੇ ਤੁਸੀਂ ਸਤਰਕ ਹੋ ਜਾਓ ਜਾਂ ਸਾਈਡ 'ਤੇ ਹੋ ਜਾਓ ਜਾਂ ਕੁਛ ਵੀ ਆ, ਆਪਾਂ ਟਰਨ ਕਰਨ ਲੱਗੇ ਹਾਂ, ਇਹਨਾਂ ਨੇ ਲਿਆ ਕੇ ਸਾਡੇ ਵਿੱਚ ਟੱਕਰ ਮਾਰਤੀ। ਮੈਂ ਉੱਥੇ ਡਿੱਗ ਗਿਆ ਅਤੇ ਵੱਡਾ ਵੀਰ ਥੋੜ੍ਹੀ ਸਾਈਡ 'ਤੇ ਜਾ ਕੇ ਡਿੱਗਾ ਅਗਲੇ ਬੰਨੇ, ਸਤਪਾਲ ਸਿੰਘ, ਉਹ ਵੀ ਸਕਾ ਭਰਾ ਮੇਰਾ ਵੱਡਾ। ਅਤੇ ਉਹ ਤੋਂ ਬਾਅਦ ਲੋਕਾਂ ਨੇ ਆ ਕੇ ਉੱਥੋਂ ਸਾਨੂੰ ਚੁੱਕਿਆ, ਅਤੇ ਵੱਡਾ ਵੀਰ ਜ਼ਿਆਦਾ ਉਹਦੇ ਦੋਵੇਂ ਲੱਤਾਂ 'ਚ ਫ੍ਰੈਕਚਰ ਸੀਗਾ, ਮੈਨੂੰ ਚੁੱਕਿਆ ਅਤੇ ਮੈਂ ਥੋੜ੍ਹਾ ਠੀਕ ਸੀ, ਮੈਂ ਜਾ ਕੇ ਵੇਖਿਆ ਅਤੇ ਪੁਲਿਸ ਵਾਲਿਆਂ ਦੀ ਗੱਡੀ ਜਾ ਕੇ ਪੁਲਿਸ ਦੇ ਪੁਲ ਦੇ ਅਗਲੀ ਸਾਈਡ 'ਤੇ ਜਾ ਕੇ ਰੁਕੀ ਆ। ਆਪੇ ਹਿਸਾਬ ਲਾ ਲਓ ਕਿੰਨੀ ਸਪੀਡ ਹੋਊਗੀ ਗੱਡੀ ਦੀ, ਅਤੇ ਸਾਡੀ ਮੇਰੀ ਬਾਈਕ ਅਤੇ ਮੈਂ ਉੱਥੇ ਲਾਗੇ ਡਿੱਗੇ ਹਾਂ ਪੁਲ ਦੀ ਜਿੱਥੋਂ ਸਟਾਰਟ ਹੁੰਦਾ ਵਾ। ਉਸ ਤੋਂ ਬਾਅਦ ਇਹਨਾਂ ਨੇ ਇਹ ਨਹੀਂ ਆ ਕਿ ਮੇਰੇ ਵੀਰ ਨੂੰ ਚੁੱਕ ਕੇ ਗੱਡੀ 'ਚ ਬਿਠਾ ਕੇ ਅਤੇ ਹੋਸਪਿਟਲ ਲਿਆਉਣ, ਐਂਬੂਲੈਂਸ ਦੀ ਵੇਟ ਕਰਦੇ ਰਹੇ ਜਦਕਿ ਉਹਦਾ ਖੂਨ ਹੀ ਵਗ ਰਿਹਾ ਸੀ, ਦੋਵੇਂ ਲੱਤਾਂ ਵੀ ਫ੍ਰੈਕਚਰ ਸੀ, ਮੈਂ ਵੀ ਠੀਕ ਨਹੀਂ ਤਾਂ ਮੈਂ ਆਪ ਲਿਆ ਹੁੰਦਾ ਕਿਸ ਤਰ੍ਹਾਂ ਵੀ। ਮੈਂ ਉਹਨੂੰ ਹੌਸਲਾ ਦਿੰਦਾ ਰਿਹਾ ਕਿ ਕੋਈ ਗੱਲ ਨਹੀਂ, ਮੈਂ ਨਾਲ ਹਾਂ, ਐਂਬੂਲੈਂਸ ਦੀ ਵੇਟ ਕਰਦੇ ਹਾਂ। ਐਂਬੂਲੈਂਸ ਵੀ ਥੋੜ੍ਹੇ ਟਾਈਮ ਬਾਅਦ ਆਈ ਆ, ਅਤੇ ਜਦੋਂ ਐਂਬੂਲੈਂਸ ਆਈ ਆ ਫਿਰ ਵੀਰ ਨੂੰ ਲੈ ਕੇ ਆਏ ਹਾਂ।
ਅਤੇ ਉਸ ਤੋਂ ਬਾਅਦ ਇੱਥੇ ਵੀ ਆਏ ਆ ਪੁਲਿਸ ਵਾਲੇ ਇਹੋ ਜਿਹੀ ਗੱਲ ਨਹੀਂ ਆ ਬਟ ਉਹਨਾਂ ਨੇ ਇਹ ਕਿਹਾ ਵਾ ਕਿ ਹਾਂਜੀ ਕੀ ਆਪਣਾ ਖਰਚਾ ਖੁਰਚਾ ਖਰਚੇ ਦਾ ਕੀ ਆ 15-20 ਹਜ਼ਾਰ ਦਾ ਐਕਸਰਾ ਹੁੰਦਾ ਜੋ ਵੀ ਆ ਸਾਰਾ ਹਿਸਾਬ ਕਿਤਾਬ ਉਹ ਕੋਈ ਇਹੋ ਜਿਹਾ ਰੌਲਾ ਨਹੀਂ ਆ ਬਟ ਇਹਨਾਂ ਨੂੰ ਇੰਨੀ ਸਪੀਡ 'ਚ ਆਉਣ ਦੀ ਕੀ ਲੋੜ ਸੀ ਜਾਂ ਵੀਰ ਜੀ ਇੰਨਾ ਨਹੀਂ ਪਤਾ 4-5 ਜਣੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਵੱਡਾ ਅਫਸਰ ਵੀ ਸੀ ਜੱਗਾ ਸਿੰਘ ਅਤੇ ਉਹਨਾਂ ਨੇ ਇਹ ਕਿਹਾ ਕਿ ਹਾਂਜੀ ਖਰਚਾ ਬਟ ਖਰਚੇ ਦੀ ਕੋਈ ਗੱਲ ਨਹੀਂ ਆ ਇੰਨੀ ਸਪੀਡ ਆਉਣ ਦੀ ਵਜ੍ਹਾ ਕੀ ਸੀ ਜਾਂ ਤੁਸੀਂ ਕਿਸੇ ਨੂੰ ਚੇਜ਼ ਕਰਦੇ ਹੋਵੋ ਤੁਹਾਡਾ ਸਾਇਰਨ ਵੱਜਦਾ ਹੋਵੇ ਇੱਥੇ ਵੀ ਆਏ ਆ ਪੁਲਿਸ ਵਾਲੇ ਇਹੋ ਜਿਹੀ ਗੱਲ ਨਹੀਂ ਆ ਬਟ ਉਹਨਾਂ ਨੇ ਇਹ ਕਿਹਾ ਵਾ ਕਿ ਹਾਂਜੀ ਕੀ ਆਪਣਾ ਖਰਚਾ ਖੁਰਚਾ ਖਰਚੇ ਦਾ ਕੀ ਆ 15-20 ਹਜ਼ਾਰ ਦਾ ਐਕਸਰਾ ਹੁੰਦਾ ਜੋ ਵੀ ਆ ਸਾਰਾ ਹਿਸਾਬ ਕਿਤਾਬ ਉਹ ਕੋਈ ਇਹੋ ਜਿਹਾ ਰੌਲਾ ਨਹੀਂ ਆ ਬਟ ਇਹਨਾਂ ਨੂੰ ਇੰਨੀ ਸਪੀਡ 'ਚ ਆਉਣ ਦੀ ਕੀ ਲੋੜ ਸੀ ਜਾਂ ਵੀਰ ਜੀ ਇੰਨਾ ਨਹੀਂ ਪਤਾ 4-5 ਜਣੇ ਸੀਗੇ ਉਹਨਾਂ ਦੇ ਵਿੱਚ ਉਹਨਾਂ ਦਾ ਕੋਈ ਵੱਡਾ ਅਫਸਰ ਵੀ ਸੀ ਜੱਗਾ ਸਿੰਘ ਅਤੇ ਉਹਨਾਂ ਨੇ ਇਹ ਕਿਹਾ ਕਿ ਹਾਂਜੀ ਖਰਚਾ ਬਟ ਖਰਚੇ ਦੀ ਕੋਈ ਗੱਲ ਨਹੀਂ ਆ ਇੰਨੀ ਸਪੀਡ ਆਉਣ ਦੀ ਵਜ੍ਹਾ ਕੀ ਸੀ ਜਾਂ ਤੁਸੀਂ ਕਿਸੇ ਨੂੰ ਚੇਜ਼ ਕਰਦੇ ਹੋਵੋ ਤੁਹਾਡਾ ਸਾਇਰਨ ਵੱਜਦਾ ਹੋਵੇ ਕੋਈ ਸਾਇਰਨ ਨਹੀਂ ਕੋਈ ਹੌਰਨ ਨਹੀਂ ਕੁਛ ਨਹੀਂ ਆਪਣੇ ਧਿਆਨ ਹੀ ਸਪੀਡ 'ਚ ਜਾਣ ਡੇ ਆ ਕਿ ਕੋਈ ਮਤਲਬ ਹੀ ਨਹੀਂ ਬਣਦਾ ਨਾ ਇਹਨਾਂ ਨੇ ਇੱਕ ਸਾਡਾ ਮੋਟਰਸਾਈਕਲ ਵੇਖਿਆ ਨਾ ਕੋਈ ਇੰਡੀਕੇਟਰ ਲੱਗਾ ਵੇਖਿਆ ਕਿ ਆਪਾਂ ਬ੍ਰੇਕ ਹੀ ਲਾ ਲਈਏ ਕਮ ਸੇ ਕਮ ਬ੍ਰੇਕ ਲਾ ਲੈਂਦੇ ਨਾ ਅਤੇ ਇੰਜਰੀ ਘੱਟ ਹੋਣੀ ਸੀ ਕੋਈ ਬ੍ਰੇਕ ਨਹੀਂ ਲਾਈ ਕੋਈ ਕੁਛ ਨਹੀਂ ਸਿੱਧੀ ਲਿਆ ਕੇ ਵਿੱਚ ਮਰੀ ਆ ਪੁਲ ਦੀ ਸਟਾਰਟਿੰਗ ਤੋਂ ਸਾਡੇ ਵਿੱਚ ਮਰੀ ਆ ਅਤੇ ਇਹਨਾਂ ਦੀ ਗੱਡੀ ਰੁਕੀ ਹੈ ਜਾ ਕੇ ਪੁਲ ਦੇ ਐਂਡ 'ਤੇ ਮੇਰੇ ਵੀਰ ਜੀ ਮੋਢੇ 'ਤੇ ਮੋਢਾ ਟੁੱਟਾ ਜੀ ਅਤੇ ਲੈਫਟ ਲੈਗ 'ਚ ਅੰਦਰੂਨੀ ਸੱਟ ਲੱਗੀ ਉਹਦਾ ਐਕਸਰਾ ਹੋਣਾ ਹਜੇ ਉਹ ਬਾਅਦ 'ਚ ਪਤਾ ਲੱਗੂਗਾ ਅਸੀਂ ਚੌਂਕੀ ਬੱਸ ਸਟੈਂਡ ਤੋਂ ਆਏ ਹਾਂ ਸਾਨੂੰ ਫੋਨ ਗਿਆ ਕੋਈ ਅਤੇ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਮੌਕੇ 'ਤੇ ਆਏ ਹਾਂ ਦੇਖਿਆ ਸੱਟਾਂ ਲੱਗੀਆਂ ਹੋਈਆਂ ਅਤੇ ਜੋ ਬੰਦੀ ਕਾਨੂੰਨੀ ਕਾਰਵਾਈ ਹੋਏਗੀ ਐਕਸੀਡੈਂਟ ਕਿਹਦੇ ਵੱਲੋਂ ਕੀਤਾ ਗਿਆ ਪਰਿਵਾਰ ਨੇ ਬਿਆਨ ਲਿਖਾਏ ਹੋਣੇ ਨਹੀਂ ਅਜੇ ਬਿਆਨ ਹੋਏ ਨਹੀਂ ਤੁਸੀਂ ਲਿਖੇ ਉਹ ਨਹੀਂ ਉਹ ਤਾਂ ਨਾਮ ਲਿਖਿਆ ਨਹੀਂ ਐਕਸੀਡੈਂਟ ਕਿਹਦੇ ਨਾਲ ਕਿਹਨਾਂ ਦੀ ਗੱਡੀ ਸੀ ਹਜੇ ਪਤਾ ਨਹੀਂ ਚੱਲ ਕਿਹਾ ਜਾ ਰਿਹਾ ਕਿ ਜੋ ਪੁਲਿਸ ਵਾਲਿਆਂ ਦੀ ਗੱਡੀ ਹੈ ਜਿਹਨੇ ਹਜੇ ਪ੍ਰੋਵਾਈਡ ਕੀਤਾ ਕੋਈ ਨਹੀਂ ਦੇਖ ਲਾਂਗੇ ਜੋ ਹੋਏਗਾ ਕਾਨੂੰਨੀ ਕਾਰਵਾਈ ਕੰਪਲੇਂਟ 'ਚ ਦੱਸਿਆ ਨਹੀਂ ਜਿਹਨੇ ਕਿਹਦੀ ਗੱਡੀ ਨਹੀਂ ਅਜੇ ਨਹੀਂ ਦੱਸਿਆ ਨਹੀਂ ਜਿਹੜੀ ਕੰਪਲੇਂਟ ਲਿਖਾਈ ਗਈ 112 'ਤੇ ਉਹ ਤੇ ਉਹਨਾਂ ਨੇ ਦੱਸਿਆ ਨਹੀਂ ਕੋਈ ਨਹੀਂ ਅਜੇ ਨਹੀਂ ਸਾਨੂੰ ਤਾਂ ਟੈਲੀਫੋਨ ਆਇਆ ਅਸੀਂ ਚੌਂਕੀ ਤੋਂ ਆਏ ਹਾਂ ਜੋ ਬੰਦੀ ਕਾਨੂੰਨੀ ਕਾਰਵਾਈ